अच्छा तुसी कनाडा पहुंचे, कनाडा जाके करना कितने लाइफ ਦੇ ਵਿੱਚ ਉੱਥੇ ਆ ਕੇ ਜੀ CPA ਇਹ ਕੀ ਹੁੰਦਾ ਜੀ अच्छा बाहर CPA ਹੁੰਦਾ ਜੀ ਫਿਰ ਉਰੇ ਕਿਉਂ ਨਹੀਂ ਤੁਸੀਂ ਨੇ CA ਬਣਨ ਬਾਰੇ ਸੋਚਿਆ ਜੀ ਕੱਲੀ ਪੀ ਵੱਧ ਲੱਗਦੀ ਹੈ ਜੀ ਪੀ ਇੱਧਰ ਲਵਾ ਦਾਂਗੇ ਤੁਹਾਡੇ नाम की थोड़ा जी एक गल है भी जो कोई बंदा चंगी चीज पहन लिया ना वो फिर शो फुल करना चाहिए। देखो कुड़ी ने आदि बाहड़ी उरे रखी भी घड़ी बनी हुई देख लै ਕਿੱਦਾਂ ਦਾ ਮੌਸਮ ਚਾਹੁੰਦਾ ਤੂੰ ਵੀ ਕਿੱਦਾਂ ਦਾ ਮੌਸਮ ਹੋਣਾ ਚਾਹੀਦਾ ਠੰਡ ਵੀ ਹੋਵੇ ਗਰਮੀ ਵੀ ਹੋਵੇ ਮੀਂਹ ਵੀ ਪੈਂਦੇ ਹੋਣ ਧੁੱਪ ਵੀ ਹੋਵੇ ਅੱਛਾ ਇੱਕੋ ਟਾਈਮ ਤੇ ਹੋਵੇ ਸਾਰਾ ਕੁਝ ਨਹੀਂ ਨਹੀਂ ਲੱਗ ਲੱਗ ਹੋਵੇ ਹਫਤੇ ਜਿਵੇਂ 7 ਦਿਨ ਹੁੰਦੇ ਅੱਛਾ 7 ਦਿਨ ਹੁੰਦੇ ਆ ਵੀ ਸੋਮਵਾਰ ਨੂੰ ਠੰਡ ਹੋਵੇ ਮੰਗਲਵਾਰ ਨੂੰ ਫੁੱਲ ਗਰਮੀ ਹੋਵੇ ਬੁੱਧਵਾਰ ਨੂੰ ਪੂਰੀ ਧੁੱਪ ਨਿਕਲੀ ਹੋਵੇ ਬੁੱਧਵਾਰ ਨੂੰ ਇਹ ਕਿੱਦਾਂ ਦੇ ਭਰਾਵਾ ਮੌਸਮ ਹੈ ਇੱਥੇ ਯੂਕੇ ਪੈਸਾ ਬਹੁਤ ਹੈ ਆਸਟ੍ਰੇਲੀਆ ਕੰਮ ਬਹੁਤ ਹੈ ਕੈਨੇਡਾ 'ਚ ਆੜੀ ਵਾਲੇ ਨੇ ਮਤਲਬ ਹੁਣ ਤੱਕ ਗੋਂਡੇ ਮਚਾਉਣ ਲਈ ਕਿਹੜੀ ਫੁਕਰੀ ਮਾਰੀ ਹੈ ਜੀ ਮੰਨ ਤੜ ਕੇ ਪਹਿਲਾ ਕਰਦੇ ਨੇ ਬੁਲਟ ਨੂੰ ਅੱਗ ਲਈ ਹਾਂ ਬੁਲਟ ਲਿਆ ਬੁਲਟ ਤੋਂ ਬਾਅਦ ਫਿਰ ਆ ਫੁੱਲ ਲਿਆ ਹਾਂ ਤੋਂ ਬਾਅਦ ਹੁਣ ਚਲੋ ਖੜੇ ਨੇ ਵਿਚਾਰੇ ਘਰੇ ਫਿਰ ਹੁਣ ਜਾਣ ਕੇ ਇੰਸਟੀਟਿਊਟ ਲੱਗਿਆ ਪਰ ਗੋਂਡੇ ਨੂੰ ਮਚਾਉਣਾ ਕਿਉਂ ਕਿਹੜੀ ਗੱਲ ਮਚਾਉਣਾ ਗੋਂਡਿਆਂ ਨੂੰ ਉਹ ਬਚਦੇ ਨੇ ਮੈਂ ਬਿਟੇ ਜਾਂਦਾ कई बार सर बच्चों के मन कई बार स्कोर भी ज्यादा पीटी पिछले आ जाए चो घट हों जी गैप ज्यादा होंगे पहले रिफ्यूजल आई होंगे रिफ्यूजल केस की गलबात करिए जी उन्होंने सब तुम डील कर दो जी मन के चलो रिफ्यूजल कोई मुद्दा नहीं है जी कैनेडा के इवन मेरा रैकर्ड है कि 9 रिफ्यूजल तो बाद टेंथ टाइम जो वीजा लिया हो प्रॉब्लम यह है कि थोड़े फेक डॉक्यूमेंट ना लगे हो जो थोड़ा फेक डॉक्यूमेंट लग गया तो फिर चाहे किन्ने मर्जी बार ट्राई कर लो थोड़ा वीजा रिफ्यूज ही होना थोड़े डॉक्यूमेंट्स जेन्यून लगे हो टीम आके मिलो मैं थोड़ी गरंटी लैंना कि मैं थोड़ा वीजा लेके दूंगा हाँ जी सत श्री अकाल जी सारे स्टूडेंट महकमा चैनल देख रहे सारे का तहत धन्यवाद करते हैं जी जिहड़ियां अज दियां रौनकां ने जी वो लगन गियां मलेरकोटले इंस्टीट्यूट का नाम है जी पहला बच्चे दसणगे तो फिर मैं दसूंगा सो हाँ जी वीरो इंस्टीट्यूट का नाम की है जी हाँ जी इंस्टीट्यूट का नाम है जी द ट्रैकस विच पहुंचे हुए सो वीर की शुरुआत करते हैं बच्चों नाल गलबात करते हैं थोड़ा नाम की है जी जशनप्रीत कितने टाइम तो आइलस करते हो जी दो महीने कितना टाइम लाउणा है जी रिश्तेदार वो तो दूर के रिश्ते भी नेड़े बन जाते हैं वो दीदी जाए पता नहीं कि दूर रिश्ते की हो मतलब सकीरी की पैंती दीदी मतलब चाची की कुड़ी है ताए की कुड़ी है जी ताए की कुड़ी सके ताए की कुड़ी है जी पक्की गल है जी कि कैमरे मूहे कहने भी बुला लाया है हैं जी बहुत बहुत शुक्रिया भैन मेरी है आ माइक फड़ो जी माइक मैं लगता हस के फट दूँ जी है नाम क्या थोड़ा जी जशनप्रीत कौर थोड़ा नाम है किन्ने टाइम तो मैं तुम आलस कर दूँ जी थ्री मंथ हो गए शौक कितना कितना दे जी मर गए मतलब टाइम लड़ी शौक कितना दे सॉन्ग सुन दा जी सुनाउन दा जी किड़ा सॉन्ग आज सवेरे सुन के आए जी सुनिया नहीं सुबह सुबह किड़े टाइम सुन दे जी शाम नू एक शाम हूँ किड़ी हुंदी है जी हैं जी शाम नू तुसी सॉन्ग सुन दे जी ਕਿਹੜੇ ਸੌਂਗ ਸੁਣੇ ਸਾਨੂੰ ਪਤਾ ਲੱਗੇ ਜੀ ਵੀ ਕੁੜੀ ਇੱਦਾਂ ਦੇ ਸੌਂਗ ਸੁਣਦੀ ਹੈ ਜੀ ਪੰਜਾਬੀ ਪੰਜਾਬੀ ਫਿਰ ਵੀ ਕੋਈ ਪੰਜਾਬੀ ਕੋਈ ਕਲੈਣ ਜੀ ਉਸ ਗਾਣੇ ਦੀ ਸਾਡੇ ਦਸਕਾਂ ਨੂੰ ਸੁਣਾਉਣਾ ਚਾਹੁੰਦੇ ਹੋ ਜੀ ਹੈ ਜੀ ਸਾਡੇ ਦਸ ਕਿੰਨੇ ਮਾੜੇ ਲੱਗਦੇ ਤੁਹਾਨੂੰ ਕੋਈ ਨਹੀਂ ਕੋਈ 10-10 ਰੁਪਏ ਸਭ ਤੋਂ ਦਵਾ ਦਾਂਗੇ ਜੀ ਸੁਣਾ ਦਿਓ ਜੇ ਸੁਣਾ ਸਕਦੇ ਹਾਂ ਜੀ ਕੋਈ ਸੌਂਗ ਨਹੀਂ ਸੁਣਾਉਣਾ ਜੀ ਸ਼ੌਂਕ ਕਿੱਦਾਂ ਕਿੱਦਾਂ ਦੇ ਤੁਹਾਡੇ ਜੀ ਆਇਲਟਸ ਨੇ ਮੱਤ ਮਾਰ ਲਈ ਕੀ ਕਰੀਏ ਜੀ ਪਰਮਾਤਮਾ ਤੁਹਾਡੇ ਜ਼ਰੂਰ ਬੈਂਡ ਆਉਣ ਇਧਰ ਮੁੰਡੇ ਨਾਲ ਗੱਲਬਾਤ ਕਰਦੇ ਆ ਬਾਈ ਤੁਹਾਡਾ ਨਾਮ ਕੀ ਹੈ ਜੀ ਮੁਹੰਮਦ ਸੁਹੇਲ ਕਿਵੇਂ ਸਦਮੇ ਚ ਲੱਗਦੇ ਆ ਕਿੰਨੇ ਟਾਈਮ ਤੋਂ ਬਈ ਆਇਲਸ ਕਰਦੇ ਆ 5 ਮਹੀਨੇ ਹੋ ਗਏ 5 ਮਹੀਨੇ ਹੋ ਗਏ ਕਿੰਨਾ ਟਾਈਮ ਅਜੇ ਹੋਰ ਲਾਉਣਾ ਹੈ ਥੋੜਾ ਹੀ ਲਾਵਾਂਗੇ ਹੁਣ ਤਾਂ ਥੋੜਾ ਮਾਰੀ ਜੇ 5 ਮਹੀਨੇ ਹੋਰ ਕਹਦੇ ਫਿਰ ਹੁਣ ਮਤਲਬ ਕੀ 15 ਦਿਨ 20 ਦਿਨ ਬਸ ਮਹੀਨਾ ਹੋਰ ਮਹੀਨਾ ਲਾਉਣਾ ਤੁਸੀਂ ਨੇ ਅੱਛਾ ਕਿੰਨੇ ਬੈਂਡ ਆ ਬੈਂਡ ਕਿੰਨੇ ਜਾਂਦੇ ਆ ਉਰੇ 6:30 ਉਰੇ 6:30 ਘਰੇ ਕਿੰਨੇ ਆ ਜਾਂਦੇ ਆ ਘਰੇ ਤਾਂ ਆਉਂਦੀ ਨਹੀਂ कनेडा ही सोचा
ਦੋ ਹੀ ਨੇ ਇੱਕ ਤਾਂ ਆੜੀ ਉੱਥੇ ਤੇਰਾ ਇੱਕ ਤਾਂ ਦੋ ਆੜੀ ਕਦੋਂ ਬਣਿਆ ਤੀਆ ਆੜੀ ਮੇਰਾ ਬਚਪਨ ਤੋਂ ਹੀ ਆ ਦੋਸਤ ਦੋਸਤ ਵੀ ਬਚਪਨ ਤੋਂ ਹੀ ਬਹੁਤ ਬਹੁਤ ਸ਼ੁਕਰੀਆ ਭਰਾ ਮੇਰਾ ਥੈਂਕ ਯੂ ਸੋ ਮਚ ਇੱਧਰ ਬਾਈ ਨਾਲ ਗੱਲਬਾਤ ਕਰਦੇ ਆ ਬਾਈ ਜੀ ਬਹੁਤ ਸੋਹਣੇ ਲੋਕ ਹੈ ਬਹੁਤ ਸੋਹਣੇ ਲੱਗ ਰਹੇ ਭਰਾ ਮੇਰੇ ਕਹਿ ਦੇ ਥੈਂਕ ਯੂ ਇਹ ਤਾਂ ਤਾਰੀਫ ਹੋ ਗਈ ਠੀਕ ਹੈ ਬਹੁਤ ਹੈ ਆਪਣਾ ਤੇ ਨਾਮ ਕੀ ਬੜੇ ਭਾਈ ਆਪਣਾ ਮੇਰਾ ਨਾਮ ਅਪਚਲ ਸਿੰਘ ਹੈ ਜੀ ਅਪਚਲ ਸਿੰਘ ਹਾਂਜੀ ਅਪਚਲ ਵੀਰੇ ਕਿੰਨੇ ਟਾਈਮ ਤੁਸੀਂ ਆਇਲਸ ਕਰਦੇ ਹੋ ਹੋ ਹੀ ਗਏ ਮਤਲਬ 5-6 ਮਹੀਨੇ ਵੀਰੇ 5-6 ਮਹੀਨੇ ਹੋ ਗਏ ਦਿੱਤਾ ਸੀ ਪੇਪਰ ਤੇ ਰਹਿ ਗਏ ਕੀ ਪਾਣਾ ਕੀ ਵਾਪਰਿਆ ਸੀ ਪਤਾ ਕਿ ਜਦੋਂ ਨਾ ਆਉਣ ਫਿਰ ਪਾਣੀ ਵਾਪਰਦੇ ਹੁੰਦੇ ਆ ਉਹ ਐ ਸੀਗਾ ਵੀ ਬਾਕੀਆਂ ਚ ਤਾਂ ਆ ਗਏ ਸਾਰੇ 6-6 ਤੇ ਰੀਡਿੰਗ ਦੇ ਵਿੱਚ 5 ਰਹਿ ਗਏ ਸੀਗੇ ਰੀਡਿੰਗ ਚੋਂ 5 ਰਹਿ ਗਏ ਸੀ ਬਹੁਤ ਮਾੜਾ ਹੋਇਆ ਯਾਰ ਤੇ ਹੁਣ ਕਿੰਨੇ ਦੀ ਉਮੀਦ ਕਰਦਾ ਬਾਈ ਹੁਣ ਤਾਂ 7 ਦੀ ਉਮੀਦ ਕਰਦੇ 7 ਦੀ ਉਮੀਦ ਕਰਦਾ ਤੂੰ ਕਹਿਣ ਦੇ ਕਿਹਸਾ ਲੱਗਾ ਮੇਰਾ ਮਜ਼ਾਕ ਨਹੀਂ ਆ ਜਾਣਗੇ ਜ਼ਰੂਰ ਆਉਣਗੇ ਬਾਈ ਤੇ ਪਹਿਲਾਂ ਕਮੀ ਕਿੱਥੇ ਰਹੀ ਸੀ ਮੰਨ ਕੇ ਚੱਲ ਵੀ ਤੁਸੀਂ ਬਾਈ ਕੈਨੇਡਾ ਕਿਉਂ ਚੁਣਿਆ ਮਤਲਬ ਤੇਰੀ ਗੱਲ ਸਾਰੀ ਯਾਰੀ ਦੋਸਤ ਆੜੀ ਆੜੀ ਦੇ ਦੋਸਤ ਖੜੀ ਹੈ ਤੁਸੀਂ ਤੁਹਾਡੇ ਤੁਸੀਂ ਬਈ ਤਾਂ ਚੁਣਿਆ ਆਸਟ੍ਰੇਲੀਆ ਵੀ ਤੁਹਾਡਾ ਕੰਮ ਕਰਕੇ ਖੜੇਗਾ ਆੜੀ ਦੋਸਤ ਵੀ ਤਾਂ ਹੀ ਨੇ ਜੇ ਕੰਮ ਕਰਾਂਗੇ ਪੈਸੇ ਕਮਾਵਾਂਗੇ ਤਾਂ ਹੀ ਰੋਟੀ ਖਾਵਾਂਗੇ ਮਤਲਬ ਫਿਰ ਆੜੀ ਦੋਸਤਾਂ ਕੋਲ ਤੂੰ ਬਾਗਿਆ ਸਪੋਜ਼ ਕਰ ਚੱਲ ਠੀਕ ਹੈ ਫਿਰ ਤੇ ਕੰਮ ਦਾ ਕਿਵੇਂ ਮੁੰਡਾ ਕਹਿੰਦਾ ਕੰਮ ਨਹੀਂ ਮਿਲਦਾ ਕੈਨੇਡਾ ਚ ਤਾਂ ਮਿਲਦਾ ਸਾਰਾ ਕੁਝ ਇਹਨੂੰ ਕੀ ਪਤਾ ਹੀ ਕੰਮ ਕਮ ਮਿਲਦਾ ਹੈ ਜ਼ਿਆਦਾ ਤੇਰੇ ਕੋਲ ਮਤਲਬ ਤੂੰ ਬਾਹਰ ਕੇ ਸੋਚਿਆ ਜਾਣ ਬਾਰੇ ਮੈਂ ਬਸ ਸਾਡੀ ਦੋਸਤਾਂ ਨਾਲ ਹੀ ਜਾਣਾ ਉਧਰ ਹੀ ਰਹਿਣਾ ਆਪਾਂ ਇਹ ਤਾਂ ਗੱਲ ਹੀ ਆੜੀ ਦੋਸਤਾਂ ਨੇ ਖੜ ਗਿਆ ਕਿ ਯਾਰ ਅੱਛਾ ਬਾਈ ਤੁਸੀਂ ਬਾਹਰ ਤਾਂ ਜਾਣਾ ਵੀ ਚਲੋ ਆਪਾਂ ਕੰਮ ਕੁੰਮ ਵਧੀਆ ਮਿਲਦਾ ਬਾਹਰ ਆਸਟ੍ਰੇਲੀਆ ਚ ਆਸਟ੍ਰੇਲੀਆ ਦੇ ਖਾਸ ਗੱਲਾਂ ਤੁਹਾਨੂੰ ਕਿਹੜੀਆਂ ਲੱਗਦੀਆਂ ਨੇ ਆਸਟ੍ਰੇਲੀਆ ਵਧੀਆ ਮੌਸਮ ਵਗੈਰਾ ਵੀ ਵਧੀਆ ਉੱਥੇ ਕੈਨੇਡਾ ਦਾ ਕਹਿੰਦੇ ਠੰਡ ਜੀ ਰਹਿੰਦੀ ਇਕੱਲੀ ਬਾਕੀ ਜਾ ਕੇ ਪਤਾ ਲੱਗੂ ਕਿੱਦਾਂ ਦਾ ਮੌਸਮ ਚਾਹੁੰਦਾ ਤੂੰ ਵੀ ਕਿੱਦਾਂ ਦਾ ਮੌਸਮ ਹੋਣਾ ਚਾਹੀਦਾ ਠੰਡ ਵੀ ਹੋਵੇ ਗਰਮੀ ਵੀ ਹੋਵੇ ਮੀਂਹ ਵੀ ਪੈਂਦੇ ਹੋਣ ਧੁੱਪ ਵੀ ਹੋਵੇ ਅੱਛਾ ਇੱਕੋ ਟਾਈਮ ਤੇ ਹੋਵੇ ਸਾਰਾ ਕੁਝ ਨਹੀਂ ਨਹੀਂ ਲੱਗ ਲੱਗ ਹੋਵੇ ਹਫਤੇ ਜਿਵੇਂ 7 ਦਿਨ ਹੁੰਦੇ ਨੇ ਅੱਛਾ 7 ਦਿਨ ਹੁੰਦੇ ਆ ਵੀ ਸੋਮਵਾਰ ਨੂੰ ਠੰਡ ਹੋਵੇ ਮੰਗਲਵਾਰ ਨੂੰ ਫੁੱਲ ਗਰਮੀ ਹੋਵੇ ਬੁੱਧਵਾਰ ਨੂੰ ਪੂਰੀ ਧੁੱਪ ਨਿਕਲੀ ਹੋਵੇ ਬੁੱਧਵਾਰ ਨੂੰ ਇਹ ਕਿੱਦਾਂ ਦੇ ਭਰਾਵਾ ਮੌਸਮ ਹੈ ਕਿਆ ਬਾਤ ਹੈ ਬੜੇ ਅੱਜ ਨਵੇਂ ਤਰੀਕੇ ਦੇ ਮੌਸਮ ਭਾਲਦਾ ਬਾਈ ਬੜੀ ਖੁਸ਼ੀ ਮਿਲੀ ਜਾਣ ਕੇ ਕਹਿੰਦਾ ਸੋਮਵਾਰ ਨੂੰ ਗਰਮੀ ਹੋਵੇ ਮੰਗਲਵਾਰ ਨੂੰ ਧੁੱਪ ਹੋਵੇ ਨਹੀਂ ਨਹੀਂ ਸਹੀ ਹੈ ਕੰਮ ਬਹੁਤ ਬਹੁਤ ਸ਼ੁਕਰੀਆ ਵੀਰੇ ਇੱਧਰ ਬਾਈ ਨਾਲ ਗੱਲ ਕਰਦੇ ਬਾਈ ਜੀ ਬਹੁਤ ਸੋਹਣੀ ਲੁੱਕ ਹੈ ਬਹੁਤ ਸੋਹਣੇ ਲੱਗ ਰਹੇ ਹੋ ਕਹਿ ਦੇ ਥੈਂਕ ਯੂ ਕੰਟਰੀ ਕਿਹੜੀ ਸੋਚਿਆ ਜਾਣ ਬਾਰੇ ਕੰਟਰੀ ਯੂਕੇ ਯੂਕੇ ਤੂੰ ਮਤਲਬ ਤੂੰ ਨਾ ਬੋਲੀ ਯੂਕੇ ਕਿਉਂ ਸੋਚਿਆ ਬਾਈ ਯੂਕੇ ਵੀਰੇ ਪੈਸਾ ਬਹੁਤ ਆ ਨਿਆਰੇ ਲੈਣੇ ਆਪਾਂ ਤਾਂ ਅੱਛਾ ਯੂਕੇ ਪੈਸਾ ਬਹੁਤ ਹੈ ਆਸਟ੍ਰੇਲੀਆ ਕੰਮ ਬਹੁਤ ਹੈ ਕੈਨੇਡਾ 'ਚ ਆੜੀ ਵਾਲੇ ਨੇ ਅੱਛਾ ਵੀ ਯੂਕੇ 'ਚ ਕੀ ਹੈ ਪੈਸਾ ਬਹੁਤ ਹੈ ਮੈਂ ਤੂੰ ਪੈਸੇ ਦਾ ਮਾਰਾ ਬਾਹਰ ਜਾ ਰਿਹਾ ਬਾਈ ਇਹ ਗੱਲ ਮੁੱਕਦੀ ਆ ਕੋਈ ਹੋਰ ਯੂਕੇ ਦੀ ਖਾਸ ਗੱਲਾਂ ਕਿਹੜੀ ਕਿਹੜੀਆਂ ਲੱਗਦੀਆਂ ਨੇ ਯੂਕੇ ਦੇਸ਼ ਵਧੀਆ ਵੀ ਆ ਸੋਹਣਾ ਸਾਰਿਆਂ ਨੂੰ ਸਾਰਿਆਂ ਨਾਲ ਸੋਹਣਾ ਯੂਕੇ ਮੌਸਮ ਹੈਗਾ ਆਸਟ੍ਰੇਲੀਆ ਦਾ ਬੜਾ ਸੋਹਣਾ ਸੋਮਵਾਰ ਨੂੰ ਗਰਮੀ ਸਵੇਰ ਤੋਂ ਲੈ ਕੇ ਬਈ ਸ਼ਾਮ ਤੱਕ ਦੀ ਰੂਟੀਨ ਕਿੱਦਾਂ ਦੀ ਹੈ ਆਪਾਂ ਸਵੇਰੇ ਉੱਠ ਕੇ ਉਤਰੋ ਆਪਾਂ ਤਿਆਰ ਹੋ ਕੇ ਸੈਂਟਰਾਂ ਨੂੰ ਧੱਕੇ ਖਾਣ ਆ ਜਾਈਦਾ ਅੱਛਾ ਇੱਥੋਂ ਧੱਕੇ ਖਾ ਕੇ ਘਰ ਨੂੰ ਚਲੇ ਜਾਈਦਾ ਜੀ ਬੜਾ ਖਾਣਾ ਤਾਂ ਕੀ ਹੈ ਘਰੇ ਜਾ ਕੇ ਕੀ ਬਣਦਾ ਫਿਰ ਘਰੇ ਜਾ ਕੇ ਘਰ ਦੇ ਬੁੱਸ ਲੈਂਦੇ ਨੇ ਐਕਸਟਰਾ ਕਲਾਸ ਲਾ ਲਈ ਆਪਾਂ ਕਿ ਨਹੀਂ ਲਾਈ ਕਹਿੰਦੇ ਕਰ ਲਾ ਬੈਂਡੇ ਤੇ ਡਿਪਲੋਮਾ ਕਰਨਾ ਹੈ ਤਾਂ ਕੀ ਆ ਵੀ ਕੀ ਕਰਨਾ ਫਿਰ ਜਿੰਦਗੀ ਵਿੱਚ ਘਰੇ ਜਾਓ ਘਰ ਦੇ ਗਾਣਾ ਕੱਢੀ ਜਾਂਦੇ ਬਾਹਰ ਜੀ ਧੱਕੇ ਖਾਂਦੇ ਪਏ ਗੱਲ ਤੇਰੀ ਧੱਕਿਆਂ ਦੀ ਖੜੀ ਚੰਦਰਿਆ ਕਿਹੜੀ ਚੀਜ਼ ਤੋਂ ਪਿਆ ਤੂੰ ਸਾਨੂੰ ਪਤਾ ਲੱਗੇ ਵੀ ਬਈ ਯਾਰ ਤੂੰ ਆਹ ਚੀਜ਼ਾਂ ਚਾਹੁੰਦਾ ਤੇਰੀਆਂ ਆਹ ਚੀਜ਼ਾਂ ਤੇਰੇ ਉਰੇ ਪੂਰੀਆਂ ਨਹੀਂ ਹੋ ਰਹੀਆਂ ਬਾਹਰ ਜਾ ਕੇ ਜੀ ਇਕੱਲਾ ਖੁੱਲ ਕੇ ਜਿਵੇਂ ਮੈਂ ਨਿਆਰੇ ਲਏ ਜੀ ਖੁੱਲ ਕੇ ਤਾਂ ਹੁਣ ਵੀ ਪੂਰਾ ਜਾਉਣਾ ਇਦੋਂ ਅੱਗੇ ਭਰਾ ਮੇਰਾ ਇਹਦੀ ਵੀ ਕੁਰਸੀ ਮੱਲਣੀ ਆਉਣਾ ਹੋਰ ਖੁੱਲਾਂਗੇ ਜੀ ਹੈ ਇਹ ਹੋਰ ਖੁੱਲਣਾ ਜੀ ਮਤਲਬ ਇੱਕ ਤਾਂ ਤੈਨੂੰ ਖੁੱਲਣ ਦਾ ਸ਼ੌਂਕ ਹੈ ਇੱਧਰ ਕੁੜੀ ਨਾਲ ਗੱਲ ਕਰਾਂ ਥੋੜ੍ਹੇ ਨਾਲ ਗੱਲਬਾਤ ਹੋ ਗਈ ਜੀ ਨਿਆਣਾ ਜਦੋਂ ਆ ਗਿਆ ਤਾਂ ਆਹ ਫੜੋ ਮਹਾਰਾਜ ਆਹ ਫੜੋ ਜੀ ਨਾਮ ਕੀ ਹੈ ਤੁਹਾਡਾ ਜੀ ਜਸ਼ਨ ਜੀ ਕਿੰਨੇ ਟਾਈਮ ਤੋਂ ਆਇਲਸ ਕਰਦੇ ਜੀ ਦੋ ਦਿਨ ਤਾਂ ਹੀ ਬੈਠੀ ਵੀ ਕਿਤੇ ਮੇਰੇ ਕੋਲ ਨਾ ਜੀ ਕਿ ਮੈਂ ਕੀ ਕਹੂੰ ਆਇਲਸ ਕਿਵੇਂ ਲੱਗੀ ਮੇਰੇ ਤਾਂ ਜੀ ਮੋਡਿਊਲ ਨਹੀਂ ਯਾਦ ਹੋਏ ਕਿਵੇਂ ਲੱਗੀ ਆਇਲਸ ਮੈਂ ਦੋ ਦਿਨਾਂ 'ਚ ਕਿਵੇਂ ਲੱਗਦਾ ਵੀ ਨਿਕਲ ਜੂ ਜਾਂ ਨਹੀਂ ਨਿਕਲਣੀ ਜੀ ਸੌਖੀ ਲੱਗੀ ਜੀ ਕਿਹੜੀ ਕੰਟਰੀ ਜਾਣਾ ਚਾਹੁੰਦੇ ਮਹਾਰਾਜ
कैनेडा जाना हौली हौली जाना पूरा जी है जी। अच्छा तुम कैनेडा पहुंचे, कैनेडा जाके करना कि चाहते लाइफ के उ आके जी? CPA ਇਹ ਕੀ ਹੁੰਦਾ ਜੀ? ਇਹ ਜਿੱਦਾਂ ਇੰਡੀਆ ਵਿੱਚ CA ਹੁੰਦਾ ਉਹਦਾ। ਅੱਛਾ ਬਾਹਰ CPA ਹੁੰਦਾ ਜੀ, ਫਿਰ ਉਰੇ ਕਿਉਂ ਨਹੀਂ ਤੁਸੀਂ ਨੇ CA ਬਣਨ ਬਾਰੇ ਸੋਚਿਆ ਜੀ? ਕੱਲੀ ਪੀ ਵੱਧ ਲੱਗਦੀ ਹੈ ਜੀ, ਪੀ ਇੱਧਰ ਲਵਾ ਦਾਂਗੇ ਤੁਹਾਡੇ। ਕੈਨੇਡਾ ਪਹੁੰਚ ਗਏ ਜੀ, ਕੈਨੇਡਾ ਇੱਕ ਸੋਚਦੇ ਹੋ ਕਿ ਲਾਈਫ 'ਚ ਉੱਥੇ ਕਰਨਾ ਕੀ ਹੈ ਜੀ? ਬਸ CPA ਬਣ ਕੇ ਲੱਗ ਉਹ ਬਣ ਗਈ ਮਾਸੀ। ਸਪੋਜ਼ ਕਰਨਾ ਵੀ ਕੈਨੇਡਾ ਪਹੁੰਚ ਗਏ, CPA ਤੁਸੀਂ ਬਣ ਗਏ ਜੀ, ਇਸ ਤੋਂ ਅੱਗੇ ਕੀ ਸੋਚਿਆ ਜੀ ਲਾਈਫ ਦੇ ਵਿੱਚ? ਫਿਰ ਤਾਂ ਬਸ ਲਗਜ਼ੂਰੀਅਸ ਲਾਈਫ ਆ ਉਹ ਜੀਣੀ ਆ। ਕਿਹੜੀ ਲਾਈਫ ਹੈ ਜੀ? सौखी होनी चाहिए है। हुण अंग्रेजी वर्ड ही बोल के मैनूं ऐ नहीं पता लग रहा भी दुख वाली गल जां सुख वाली गल है। हाँ जी, मतलब कि बाहर जाके तुसीं अपने शौक पूरे कर ले जी, पेरेंट्स नूं फिर बाहर बुलाऊंगे जी। मतलब सोचा जी पंजाब से तुहाडे मुड़ के आना जी, मुड़के क्यों आना जी? अपने बच्चे बाहर तोड़ दिए, चलो कि जरूर टूक दिया, पर असीं किसी मुद्दे नहीं बहना चाहते। हर एक का अपना अपना पॉइंट ऑफ व्यू, हर एक की अपनी अपनी सोच है। बहुत बहुत शुक्रिया मैम, थैंक यू सो मच, थोड़े नाल गलबात होगी जी। ਇਹਨੂੰ ਮਿਟਾ ਜੇ ਟਾਈਮ ਨਾਲ ਹੀ ਵਧੀਆ ਹੈ, ਤੁਹਾਡੇ ਨਾਲ ਹੋ ਗਈ ਜੀ ਗੱਲਬਾਤ ਜੀ? ਬਹੁਤ ਬਹੁਤ ਸ਼ੁਕਰੀਆ, ਤੁਹਾਡੇ ਨਾਲ ਵੀ ਹੋ ਗਈ ਨਾ ਜੀ? ਕਰਨੀ ਨਹੀਂ ਮਾਰਦਾ ਸਿਰ ਟਾਈਮ ਨਾਲ ਹੀ। ਉੱਧਰ ਮਾਈਕ ਫੜਾਓ ਜੀ। ਨਾਮ ਕੀ ਤੁਹਾਡਾ ਜੀ? ਅਰਸ਼ਦੀਪ। ਇੱਕ ਗੱਲ ਆ ਵੀ ਜਦੋਂ ਕੋਈ ਬੰਦਾ ਚੰਗੀ ਚੀਜ਼ ਪਹਿਣ ਲਿਆ ਨਾ, ਉਹ ਫਿਰ ਸ਼ੋਅ ਫੁੱਲ ਕਰਨਾ ਚਾਹੀਦਾ। ਦੇਖੋ ਕੁੜੀ ਨੇ ਆਹ ਆਪਦੀ ਬਾਂਹ ਜਿਹੜੀ ਉਰੇ ਰੱਖੀ ਵੀ ਘੜੀ ਬੰਨੀ ਹੋਈ ਦੇਖ ਲੈ, ਪਤਾ ਲੱਗੇ ਪੈਸੇ ਲਾਏ ਆ। ਕੋਈ ਨਾ ਥੱਲੇ ਕਰ ਲਓ ਘੜੀ, ਸਾਨੂੰ ਪਤਾ ਲੱਗਿਆ ਮਹਿੰਗੀ। ਕਿੱਦਾਂ ਦੇ ਸ਼ੌਂਕ ਕਿੱਦਾਂ ਦੇ ਰੱਖੇ ਹੋਏ ਲਾਈਫ ਦੇ ਵਿੱਚ ਜੀ? वाह जी वाह, क्या बात है जी। कहते कुड़ी मुंडे नाल सोहनी, मुंडा कुड़ी नाल सोहना, चिट्टे चौ जिन्ह ने फोन किए, रब ने बनाई नहीं जोड़ी। हाँ महाराज मैक फड़ो जी, लै मित्रो शांति। हाय नाम के जी अपना जी? इकरा। इकरा जी? इकरा। इकरा, इकरा कौर है जा मन चलो भी? इकला। इकरा। कला इकरा जी, ठीक है जी। इकरा थोड़ा नाम है, किन्ने टाइम तुसी आलस करते हो जी? 2 महीने। 2 महीने हो गए। शौक किदा किदा दे जी? एक तो जुल्फा सिटन का जी। ये बाला कि टाइम लाने जी? के बहुत ही नहीं आपद पाए जी हो गए जी? है जी 10-20 मिनट लाने, 10-20 मिनट पूरे तैयार बार तैयार हो जाते जी। थोड़े अकॉर्डिंग मान चलो ज्यादा समा तैयार होने कौन लाता, मुंडे लाने जो कुड़िया लाने जी? कुड़िया लाने। पहली बार सच बोलिया किसी ने? नहीं कुड़िया छेती मानती नहीं कहनी। एक्चुअली ना पता की गल है, टाइम लग जाता है। सिमरन ਇਹ ਕਿਵੇਂ ਸਿਮਣਾ ਇੰਝ ਕਰਕੇ ਆਉਂਦਾ ਜੀ? ਹੈ ਜੀ, ਕਿੰਨੇ ਟਾਈਮ ਤੋਂ ਐਲਸ ਕਰਦੇ ਹੋ ਜੀ? ਮੈਨੂੰ ਹੋ ਗਏ, ਲਾਦਾ ਸਮਾਂ ਜ਼ਿਆਦਾ ਹੋ ਗਿਆ ਜੀ। ਸੋਚ ਰਹੇ ਵੀ ਕੀ ਕਹਾਂ ਵੀ ਕਿੰਨਾ ਕੁ ਸਮਾਂ ਹੋ ਗਿਆ, ਕਿੰਨਾ ਕੁ ਸਮਾਂ ਹੋ ਗਿਆ ਜੀ? ਹੋ ਗਏ ਲਾਸਟ ਈਅਰ ਕੰਮ ਸਟਾਰਟ ਕਰੀ ਸੀ ਅਗਸਤ ਚ ਜੀ। ਅਗਸਤ ਹੁਣ ਆਉਣਾ ਲਈ ਹੈ ਜੀ, ਹੋਰ ਸਾਲ ਹੋ ਗਿਆ ਫਿਰ ਤਾਂ ਲਵੀ ਹੈ ਜੀ। ਤਾੜੀਆਂ ਵੱਜਣਾ ਚਾਹੀਦੀਆਂ ਤੁਹਾਡੇ ਵਾਸਤੇ। ਐਡੀ ਕਿਹੜਾ ਵਰਲਡ ਕੱਪ ਜਿੱਤ ਕੇ ਲੈ ਗਈ ਹੈ, ਉਹ ਤਾਂ ਪਹਿਲੀ ਨਹੀਂ ਪੜ੍ਹਦੀ, ਤੁਸੀਂ ਤਾੜੀਆਂ ਮਾਰ ਕੇ ਹੋਰ ਮੋਟੀਵੇਟ ਕਰਦੀ। ਅੱਛਾ ਜੀ, ਮਤਲਬ ਕਮੀ ਕਿੱਥੇ ਲੱਗਦੀ ਤੁਹਾਨੂੰ ਵੀ, ਕਮੀ ਕਿੱਥੇ ਹੈ ਜੀ? ਰੀਡਿੰਗ ਚ। ਰੀਡਿੰਗ ਵਿੱਚ ਕਮੀ, ਮਤਲਬ ਰੀਡਿੰਗ ਟਫ ਲੱਗਦੀ ਬੱਚਿਆਂ ਨੂੰ ਜੀ? ਸਪੀਕਿੰਗ ਕਿਵੇਂ ਹੈ ਜੀ? ਸਪੀਕਿੰਗ ਤਾਂ ਠੀਕ ਠਾਕ ਹੀ ਹੈ। ਠੀਕ ਠਾਕ ਹੈ ਜੀ। ਸਹੀ ਸਹੀ ਕਿਹੜਾ ਸਬਜੈਕਟ ਤੁਹਾਨੂੰ ਵਧੀਆ ਲੱਗਦਾ ਜੀ? ਲਿਸਨਿੰਗ ਵਧੀਆ ਲੱਗਦੀ। ਕੀ ਸੁਣਦੇ ਹੋ ਕਿ ਮਨ ਚਲੋ ਯਾਤਰਾ ਘਰੇ ਪ੍ਰੈਕਟਿਸ ਵੇਲੇ ਜੀ? ਮੈਂ ਸੁਣ ਲੈਂਦੀ ਹਾਂ ਸੌਂਗਸ ਵਗੈਰਾ, ਮੂਵੀਜ਼ ਵੀ। ਸੌਂਗ ਕਿਹੜਾ ਸੁਣਦੇ ਹੋ ਜੀ? ਕਿਹਦੇ ਸੌਂਗ, ਕਿਹਦੇ ਫੈਨ, ਕਿਹਦੇ ਹੋ ਜੀ? ਸਾਰੀ ਸੁਣ ਲੈਂਦੀ ਹਾਂ। ਸਾਰੀ ਸੁਣ ਲੈਂਦੇ ਹੋ ਜੀ? ਜੇ ਇੰਨਾ ਟਾਈਮ ਮਹਾਰਾਣੀ ਪੜ੍ਹਾਈ 'ਤੇ ਲਾਇਆ ਹੁੰਦਾ। ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਸੋ ਤਾੜੀਆਂ ਲਾ ਦਵੇ ਕੁੜੀ ਲਈ ਯਾਰ। ਸੁਖਦੀਪ ਵੀਰੇ ਕਿੰਨੇ ਟਾਈਮ ਤੁਸੀਂ ਐਲਸ ਕਰਦੇ ਹੋ? ਲਗਭਗ ਸਾਲ ਹੋ ਗਿਆ। ਲਗਭਗ ਸਾਲ? ਕਿੰਨਾ ਕੁ ਅਜੇ ਲਗਭਗ ਹੋਰ ਲਾਉਣਾ ਹੈ? ਦੋ ਕੁ ਮਹੀਨੇ ਲਾਉਣਾ। ਮੈਂ ਤੈਨੂੰ ਲਗਭਗ 2 ਸਾਲ ਹੋਰ ਸਹੀ।
अच्छा साल हो गया किन्ना की खटा साल किन्ने पैंट खट ले साढ़े पांच खट ले चंद्र दो तीन साल लाएगा साढ़ तीन डिग्री पूरी करे होना अद्धी डिग्री करेगा क्या बात है केड़ी भाई कंट्री जाना चाहना है कनाडा कनाडा ही क्यों सोचे पीआर की देना करानी है अच्छा क्या केड़ी कंट्री जाना चाहना है यूएसए क्या बात है यूएसए ऑस्ट्रेलिया आड़ी दोस्त अच्छा भाई तुसी यूएसए जाना चाहते हो केड़ी गल भाई यूएसए क्यों सोचे रिश्तेदार नहीं है कोई एडा ओथे कोई रिश्तेदार है नहीं नहीं कई होंगे ना कुड़िया जी रिश्तेदार को जाए भी सा रिश्तेदार उत्या सू वोट लैन गए है ना जी कई मुंडे ने सोचे भी उ रिश्तेदार को जाना नहीं ये की चक्कर है भाई रिश्ता रिश्तेदार तो इन्हें टलता कभी रिश्ते पता नहीं लगती मैं यूएसए बैठे हाँ अपने इधर रिश्तेदार कह जे होंगे कब्बे होंगे मैं इतना तक रिश्तेदार देख रहे वीडियो मेरी सीसीटीवी कैमरे अच्छा मतलब घरे गूगल आ रिश्तेदार अग लो सब तो अगे होंगे रिश्तेदार रिश्तेदार प्यार च भेज दिया मुंडे नूं कंट्रोल च रखो जां केड़ी गल लगदे है लगदे भी मुंडा तरक्की ना किते कर जे मुंडे ने जाना यूएसए यूएसए पहुंच गया फिर रिश्तेदार दे कॉलेज जाके कि मिलाएगा पहले तो मैं गाने दे सारे दी फोटो ला फुकरी मारदा दस आली चिप्स पैक लेना मुंडा आ फुकरी फुल कोई घरे कोई फुकरी घरे फुकरी मार दी जुड़ी मर्जी बाहर जाके फुकरिया मारेगा बाहर जाके चैलेंजर लेना पहला चैलेंजर लेने मतलब सब तो बड़ी फुकरी सब तो बड़ी फुकरी दूसरे नंबर की फुकरी मारेंगे एयरपोर्ट भी ले लेंगे एयरपोर्ट भी ले लेंगे ये बहुत छोटी फुकरी है नहीं बहुत बड़ी फुकरी है मारने फुकरी ने है गुवांडी मत मत सब हो जाएंगे अच्छा गुवांडी ने बचाने लिए तो फुकरियां मार रहा है जरूर क्या मतलब हूं तक गुवांडी ने बचाने लिए कितनी फुकरी मारी है पहला कर दिया बुलेट नु अग लाई बुलेट लिया बुलेट तो बाद फिर फोन लिया फोन तो बाद पिछे तू भी नहीं हटदा क्या बात है पंजाब का पहला मुंडा टक्कर फुकरे फुल मारदा कहना मैं बहुत सोहनी गल ताड़ियां लाओ मुंडे यार बहुत सोहनी गल इधर एक कुड़ी बैठी सी आ लो महाराज फड़ो माइक फड़ो जी तुम की सुना चाहते हो जी शेर सुना चाहुंदी है सो जरूर मेरे सारे सुनो सर शेर हां जी राती दुख च कीती चैट डिलीट राती दुख च कीती चैट डिलीट मैं हुन बैठा पछताना काश ओ मेरी जिंदगी विच वापस मुड़ आवे राती सोण तो पहला मैं ओदे नाल गल करना चाहना क्या बात है बहुत सुना बहुत सुना शेर बहुत सुना तो हुन चढ़दी गला च रखी थैंक यू सो मच और कुछ सुनाना शेर जी चढ़दी कला रखे इधर पिछे भरा ने सुना जरूर असि कहे हां जी भाई की सुना चाहते हो भाई गाना सुना चाहता सो जरूर मेरे सारे गाना सुनियो जिसे जिंदगी ढूंढ रही है क्या ये वो मकाम मेरा है इस चैन से बस रुक जाऊं क्यों दिल ये मुझे कहता है जज्बात में ऐसे मिले हैं जाने क्या असर ये हुआ है एक आस मिली फिर मुझको यूं कबूल किसी ने किया है किसी शायर की गजल जो दे रूप सकूं के पल कोई मुझको यूं मिला है
जैसे बंजारे को घर, जैसे बंजारे को घर। क्या बात है, बहुत सोना गाना, बहुत सोना गाना। ਡਾਕੂਮੈਂਟਸ ਜੈਨੂਨ ਲੱਗੇ ਹੋਣ, ਤੁਸੀਂ ਸਾਡੀ ਟੀਮ ਨੂੰ ਆ ਕੇ ਮਿਲੋ, ਮੈਂ ਤੁਹਾਨੂੰ ਗਰੰਟੀ ਲੈਣਾ ਕਿ ਮੈਂ ਤੁਹਾਡਾ ਵੀਜ਼ਾ ਲੈ ਕੇ ਦਊਂਗਾ।